ਮੋਰਿੰਡਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਵੱਛ ਭਾਰਤ ਮੁਹਿੰਮ ਅਧੀਨ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੌਂਸਲਰਾਂ ਵੱਲੋਂ ਝਾੜੂ ਫੜ ਕੇ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਉਦਘਾਟਨ ਕੀਤਾ ਗਿਆ। ਮੁਹੱਲਾ ਸੁਧਾਰ ਕਮੇਟੀ ਦੇ ਸੇਵਾਦਾਰਾਂ ਨੂੰ ਹੱਥ ਰੇੜੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਚੰਨੀ ਨੇ ਕਿਹਾ, ਇਹ ਮੁਹਿੰਮ ਇੱਕ ਮਹੀਨਾ ਚੱਲੇਗੀ। ਸ਼ਹਿਰ ਵਾਸੀ ਅਤੇ ਦੁਕਾਨਦਾਰ ਮੋਰਿੰਡਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਨਗਰ ਕੌਂਸਲ ਦਾ ਸਹਿਯੋਗ ਦੇਣ। ਉਨ੍ਹਾਂ ਕਿਹਾ, ਜਿਨ੍ਹਾਂ ਸ਼ਹਿਰ ਵਾਸੀਆਂ ਦੇ ਖਾਲੀ ਪਲਾਟ ਪਏ ਹਨ, ਉਨ੍ਹਾਂ ਵਿੱਚ ਘਾਹ ਫੂਸ ਖੜਾ ਹੈ ਜਾਂ ਗੰਦਗੀ ਸੁੱਟੀ ਜਾ ਰਹੀ ਹੈ, ਉਸ ਦੀ ਸਫਾਈ ਕਰਵਾਈ ਜਾਵੇ। ਸ਼ਹਿਰ ਵਿੱਚ ਗੰਦੇ ਨਾਲਿਆਂ ਅਤੇ ਟੋਭਿਆਂ ਦੀ ਵੀ ਸਫਾਈ ਕੀਤੀ ਜਾਵੇਗੀ। ਇਸ ਮੌਕੇ ਕਈ ਕਲੋਨੀਆਂ ਵਾਲਿਆਂ ਨੂੰ ਨੋਟਿਸ ਵੀ ਕੱਢੇ ਜਾਣਗੇ, ਜਿਨ੍ਹਾਂ ਵੱਲੋਂ ਸ਼ਹਿਰ ਵਿੱਚ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਅਸੀਂ ਮੋਰਿੰਡਾ ਨਗਰ ਕੌਂਸਲ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਇੱਕ ਸਫਾਈ ਮਹੀਨਾ ਮਨਾਉਣ ਦੀ ਮੁਹਿੰਮ ਦਾ ਅੱਜ ਆਗਾਜ਼ ਕਰ ਰਹੇ ਹਾਂ। ਸਾਰੇ ਕੌਂਸਲਰ ਸਾਹਿਬਾਨ, ਪ੍ਰਧਾਨ, ਅਫਸਰ, ਕਰਮਚਾਰੀ ਰਲ ਕੇ ਅਤੇ ਸ਼ਹਿਰ ਨਿਵਾਸੀਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਉਹ ਇਸ ਸਫਾਈ ਅਭਿਆਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ, ਆਪਣੇ ਆਪਣੇ ਪਲਾਟ ਸਾਫ਼ ਕਰਨ। ਜਿੰਨੇ ਵੀ ਟੋਭੇ ਹੈ ਜਾਂ ਕੋਈ ਜਿੱਥੇ ਗੰਦਗੀ ਹੈ, ਹਰ ਜਗ੍ਹਾ ਸ਼ਹਿਰ ਦੀ ਅਸੀਂ ਇੱਕ ਮਹੀਨੇ ਦੇ ਵਿੱਚ ਸਾਫ਼ ਕਰਨੀ ਹੈ। ਇਹਦੇ ਵਾਸਤੇ ਐਕਸਟਰਾ ਲੇਬਰ ਵੀ ਲੈ ਰਹੇ, ਜਿਹੜੀ ਲੇਬਰ ਹੁਣ ਹੈਗੀ ਉਹ ਵੀ ਕੰਮ ਕਰੇਗੀ। ਸੋ ਮੋਰਿੰਡਾ ਸ਼ਹਿਰ ਨੂੰ ਸੁੰਦਰ ਅਤੇ ਸਵੱਛ ਬਣਾਉਣ ਲਈ ਅਸੀਂ ਇਹ ਅਭਿਆਨ ਸ਼ੁਰੂ ਕੀਤਾ ਹੈ। ਪਹਿਲੇ ਚਰਨ ਦੇ ਵਿੱਚ ਅਸੀਂ ਅੱਜ ਤੋਂ ਇੱਕ ਮਹੀਨਾ ਜਿਹੜਾ ਸਫਾਈ ਮਹੀਨਾ ਮਨਾਵਾਂਗੇ। ਸਾਰੇ ਸ਼ਹਿਰ ਨਿਵਾਸੀਆਂ ਨੂੰ ਮੇਰੀ ਖਾਸ ਤੌਰ 'ਤੇ ਬੇਨਤੀ ਹੈ ਕਿ ਉਹ ਇਸ ਦੇ ਵਿੱਚ ਯੋਗਦਾਨ ਪਾਉਣ, ਆਪਣੇ ਆਪਣੇ ਪਲਾਟ ਵੀ ਨਾਲ ਨਾਲ ਸਾਫ਼ ਕਰਨ, ਤਾਂ ਕਿ ਸ਼ਹਿਰ ਦੀ ਜਿਹੜੀ ਦਿੱਖ ਹੈ ਉਹ ਬਹੁਤ ਵਧੀਆ ਬਣੇ। ਧੰਨਵਾਦ। ਸਰ, ਮੋਰਿੰਡਾ ਵਿੱਚ ਵਾਸ਼ਰੂਮ ਬਣੇ ਹੋਏ ਹੈ ਪਰ ਉਹਨਾਂ ਦੀ ਸਫਾਈ ਦਾ ਬਹੁਤ ਮਾੜਾ ਹਾਲ ਹੈ। ਸਾਰਾ ਅੱਜ ਸ਼ੁਰੂ ਕਰਤਾ ਹੈ, ਸਭ ਤੋਂ ਪਹਿਲਾਂ ਵਾਸ਼ਰੂਮ ਹੀ ਸਾਫ਼ ਕਰਾ ਦਿੰਦੇ ਹਾਂ ਅਤੇ ਨਾਲ ਨਾਲ ਕੋਈ ਟੋਭੇ ਦੇ ਆਲੇ ਦੁਆਲੇ ਕਿਤੇ ਪਈ ਹੈ ਜਿੱਥੇ ਪਾਣੀ ਖੜ੍ਹਾ ਹੈ, ਜਿੱਥੇ ਗੰਦਗੀ ਦੇ ਢੇਰ ਲੱਗਦੇ ਹੈ, ਉਹ ਸਾਰੀ ਜਗ੍ਹਾ ਅਸੀਂ ਪਹਿਲੇ ਚਰਨ ਵਿੱਚ ਸਾਫ਼ ਕਰਨੀ ਹੈ। ਫਿਰ ਵਾਰਡਾਂ ਦੇ ਵਿੱਚ, ਹਰ ਵਾਰਡ ਦੇ ਵਿੱਚ 2 ਦਿਨ 50 ਬੰਦੇ ਸਫਾਈ ਕਰਿਆ ਕਰਨਗੇ ਇੱਕ ਮਹੀਨੇ ਵਾਸਤੇ। ਇੱਕ ਟਰਾਲੀਆਂ ਭਰੀਆਂ ਖੜੀਆਂ ਕਚਰੇ ਦੀਆਂ, ਉਹ 2-3 ਦਿਨ ਤੋਂ ਅਜੇ ਨਹੀਂ ਆਈਆਂ, ਕਹਿੰਦੇ JCB ਨਹੀਂ ਆਈ। ਸਾਰਾ ਕੁਛ ਟੀਮ ਲੈਣ ਦੇ ਵਿੱਚ ਕਰ ਰਹੇ ਹਾਂ। ਇੱਥੇ ਦੀ ਕਮੇਟੀ ਵਾਸਤੇ ਜੇ ਕੋਈ ਐਕਸਟਰਾ ਇਕਿਊਪਮੈਂਟ ਦੀ ਲੋੜ ਹੈ ਉਹ ਵੀ ਦਿੱਤਾ ਜਾਏਗਾ, ਲੇਕਿਨ ਸ਼ਹਿਰ ਦੀ ਸਫਾਈ ਨੂੰ ਵਿਸ਼ੇਸ਼ ਮਹੱਤਵ ਅਸੀਂ ਦੇਣਾ। ਜਿਹੜੀ ਸਰ ਅਨਆਥੋਰਾਈਜ਼ਡ ਕਲੋਨੀ ਹੈ, ਜਿੱਦਾਂ ਉੱਥੇ ਦਾ ਪਾਣੀ ਦੀ ਨਿਕਾਸੀ ਵੀ ਨਹੀਂ ਹੈ, ਉੱਥੇ ਵੀ ਸਫਾਈ ਹੋਊਗੀ? ਅਸੀਂ ਹਰ ਜਗ੍ਹਾ ਸਫਾਈ ਕਰ ਰਹੀ ਹੈ। ਜਿਹੜਾ ਕੋਈ ਅਨਆਥੋਰਾਈਜ਼ਡ ਕਰ ਰਿਹਾ ਉਹਦੇ ਬਾਰੇ 'ਚ ਵੱਖਰੀ ਗੱਲ ਹੋਏਗੀ, ਲੇਕਿਨ ਸਫਾਈ ਦੇ ਵਿੱਚ ਜਿਹੜਾ ਅੱਜ ਗੱਲ ਹੈ, ਸਫਾਈ ਦਾ ਅਭਿਆਨ ਹੈ ਜਿਹੜਾ ਅਸੀਂ ਸ਼ੁਰੂ ਕੀਤਾ, ਔਰ ਸਭ ਤੋਂ ਪਹਿਲਾਂ ਅਸੀਂ ਸ਼ਹਿਰ ਦੇ ਅੰਦਰਲੀਆਂ ਦੁਕਾਨਾਂ ਅਤੇ ਏਰੀਆ ਸਾਫ਼ ਕਰ ਰਹੇ ਹਾਂ। ਉਸ ਤੋਂ ਬਾਅਦ ਜਿਹੜੇ ਜਿਹੜੇ ਟੋਭੇ ਹੈ ਜਾਂ ਜਿੱਥੇ ਜ਼ਿਆਦਾ ਗੰਦਗੀ ਫੈਲੀ ਹੈ ਉਹਨਾਂ ਨੂੰ ਕਰਾਂਗੇ, ਫਿਰ ਵਾਰਡ ਵਾਈਜ਼ ਸਫਾਈ ਹੋਏਗੀ। ਧੰਨਵਾਦ। ਸਾਰੇ ਮੋਰਿੰਡਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਹੈ, ਰਿਕੁਐਸਟ ਕਰਦਾ ਹੈ ਕਿ ਨਗਰ ਕੌਂਸਲ ਵੱਲੋਂ ਜਿਹੜਾ ਸਫਾਈ ਦਾ ਮਹੀਨਾਵਾਰ ਜਿਹੜਾ ਹੈਗਾ ਮਨਾਇਆ ਜਾ ਰਿਹਾ, ਸਾਰੀਆਂ ਜਿਹੜੀਆਂ ਹੈਗੀਆਂ ਰੋਡਸ, ਟੋਭੇ ਵਗੈਰਾ ਜੋ ਵੀ ਹੈ, ਸਾਰੇ ਸਾਡੇ ਵੱਲੋਂ, ਸਟਾਫ ਵੱਲੋਂ, ਸਾਰੇ ਦਫ਼ਤਰ ਵੱਲੋਂ ਆਪ ਜੀ ਦੇ ਸਹਿਯੋਗ ਨਾਲ ਜਿਹੜੇ ਹੈਗੇ ਸਾਰੇ ਸਾਫ਼ ਸਫਾਈ ਕੀਤੀ ਜਾਊਗੀ। ਅਤੇ ਮੈਂ ਆਪ ਜੀ ਨੂੰ, ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਹੈ ਕਿ ਸਾਨੂੰ ਨਗਰ ਕੌਂਸਲ ਨੂੰ ਪੂਰਾ ਸਹਿਯੋਗ ਦਿਓ, ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਜੋ ਵੀ ਕੂੜਾ ਡਸਟਬਿਨ ਦੇ ਵਿੱਚ ਪਾਓ, ਜੇ ਕੋਈ ਪਲਾਟ ਜਿਹਦਾ ਖਾਲੀ ਹੈ ਉਹਨੂੰ ਜਿਹੜੀ ਹੈ ਕਿ ਚਾਰ ਦੁਆਰੀ ਕਰਕੇ, ਤਾਂ ਜੋ ਕੂੜਾ ਉੱਤੇ ਕੋਈ ਆਂਢ ਗੁਆਂਢ ਜਿਹੜਾ ਹੈ ਕੂੜਾ ਉੱਥੇ ਨਾ ਸੁੱਟ ਸਕੇ। ਇਹ ਮੇਰੀ ਸ਼ਹਿਰ ਵਾਸੀਆਂ ਨੂੰ ਫਿਰ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਆਪਾਂ ਸ਼ਹਿਰ ਨੂੰ
ਸਾਫ਼ ਸੁਥਰਾ ਰੱਖੀਏ ਅਤੇ ਤਾਂ ਹੀ ਰੱਖਿਆ ਜਾ ਸਕਦਾ ਹੈ ਜੇ ਸਾਨੂੰ ਤੁਹਾਡਾ ਸਹਿਯੋਗ ਵੱਧ ਤੋਂ ਵੱਧ ਜਿਹੜਾ ਹੈਗਾ ਮਿਲੇ। ਧੰਨਵਾਦ।